ਬਹੁਤ ਗਿਆਨ ਲੈ ਲਿਆ ਬਹੁਤ ਬਾੜ ਪੜ੍ਹ ਲਿਆ ਤਾਂ ਹੋਇਆ ਕਿ ਪਾਠ ਪੜਿਓ ਅਰ ਵਿਦ ਵਿਚਾਰਿਓ ਨਿਵਲ ਪਉ ਅੰਗਮ ਸਾਦੇ ਪੰਜ ਜਨ ਸਿਉ ਸੰਗ ਨ ਛਟਕਿਓ ਅਦਕ ਅਹੰ ਬੁੱਧ ਬਦ ਉਹ ਜਿਹੜੀ ਬੁੱਧੀ ਸੀ ਅਹੰ ਹੰਕਾਰ ਵਿੱਚ ਰਹੀ ਮੈਂ ਤਾਂ ਇੰਨਾ ਪਾਠ ਕੀਤਾ ਮੈਂ ਇੰਨਾ দান ਕੀਤਾ ਹੋਇਆ ਆ ਪੈਸੇ ਅਸੀਂ ਦਿੱਤੇ ਨੇ ਆ ਹਾਲ ਅਸੀਂ ਬਣਾਇਆ ਹੋਇਆ ਤਾਂ ਮਸਕੀਨ ਸਭ ਕਹਿੰਦੇ ਇੱਕ ਵਾਰ ਪਟਨਾ ਸਭ ਉਹਨਾਂ ਦੀ ਕਥਾ ਚੱਲ ਰਹੀ ਉਹ ਸਵੇਰੇ ਸਵੇਰੇ ਜਦੋਂ ਕਥਾ ਤੇ ਗਏ ਇੱਕ ਬਹੁਤ ਬਜ਼ੁਰਗ ਬੰਦਾ ਬਹੁਤ ਔਖਾ ਹੋ ਗਿਆ ਦਰਬਾਰ ਸਾਹਿਬ ਦੇ ਬਾਹਰ ਜਿੱਥੇ ਪੱਥਰ ਲੱਗਾ ਹੋਇਆ ਨਾ ਉੱਥੇ ਕੁਝ ਲੱਭ ਰਿਹਾ ਸੀ ਕਹਿੰਦੇ ਮੈਂ ਕੋਲ ਹੁੱਕ ਲੰਘਣ ਲੱਗਿਆ ਸੀ ਪੁੱਛ ਲਿਆ ਵੇ ਬਜ਼ੁਰਗੋ ਕੋਈ ਚੀਜ਼ ਗੁਆਚ ਗਈ ਤੁਹਾਡੀ ਕੀ ਲੱਭ ਰਹੇ ਹੋ ਉਹ ਕਹਿੰਦਾ 5-6 ਸਾਲ ਹੋ ਗਏ ਅਸੀਂ ਪੈਸੇ ਦਿੱਤੇ ਸੀ ਇੱਥੇ ਪੱਥਰ ਸਾਡੇ ਨਾਮ ਦਾ ਸੀ ਹੁਣ ਲੱਭ ਨਹੀਂ ਰਿਹਾ ਮੈਂ ਉਹ ਲੱਭ ਰਿਹਾ ਵੀ ਕਿਹੜੇ ਪੱਥਰ ਤੇ ਸਾਡਾ ਨਾਮ ਲਿਖਿਆ ਹੋਇਆ ਤਾਂ ਜਿੰਨਾ ਵਿੜੇ ਵਿੱਚ ਮਾਰਬਲ ਲਾਇਆ ਹੋਇਆ ਨਾ ਉਹਨਾਂ ਉੱਤੇ ਨਾਮ ਲਿਖਿਆ ਹੁੰਦਾ ਵੇ ਆ ਜਿਹੜੀ ਸੱਲੇ ਦੀ ਆਏਗੀ ਇਦਾਂ ਸਾਡੇ ਬੁੱਧ ਵਿੱਚ ਅਹੰਗ ਰਹਿੰਦਾ ਜਿਵੇਂ ਧਾਨ ਦਿੱਤਾ ਉਹਦਾ ਨਾਮ ਬੋਲਿਆ ਜਾਵੇ ਜਿਵੇਂ ਪਾਠ ਪੜਿਆ ਤਾਂ ਮੈਂ ਨਾ ਪਾਠ ਕੀਤਾ ਅਸੀਂ ਅੰਨੇ ਪਾਠ ਕਰਾਏ ਪਾਠਿਆ ਕਹਿੰਦੇ ਅਹੰਗ ਬੁੱਧ ਕਰਕੇ ਨਾ ਇਹ ਸਾਰਾ ਕੁਝ ਬੇਅਰਥ ਅਦ ਕਹ ਬੁੱਧਵਾਦੇ ਪੰਜ ਜਨ ਸਿਉ ਸੰਗਨ ਛੁਟਕਿਓ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲੋਂ ਛੁਟਕਾਰਾ ਨਹੀਂ ਹੋਇਆ ਪਾਠ ਕੀਤਾ ਪਰ ਹੰਕਾਰ ਤੋਂ ਛੁਟਕਾਰਾ ਨਹੀਂ ਹੋਇਆ ਫਿਰ ਮਹਾਰਾਜ ਜੀ ਕਰੀਏ ਕਿ ਸਤਿਗੁਰੂ ਜੀ ਕਹਿੰਦੇ ਭਾਈ ਫਿਰ ਬਿਵੇਕ ਬੁੱਧ ਮੰਗ ਗੁਰੂ ਕੋਲੋਂ ਜਦੋਂ ਗੁਰੂ ਕੋਲ ਜਾਵੇਂ ਉਦੋਂ ਹੱਥ ਜੋੜ ਕੇ ਗੁਰੂ ਕੋਲੋਂ ਤਰਲਾਂ ਲੈ ਕੇ ਮੰਗ ਮਹਾਰਾਜ ਮੈਨੂੰ ਅਕਲ ਦਿਓ ਮੈਨੂੰ ਮਤ ਦਿਓ ਮੈਨੂੰ ਬਿਵੇਕ ਬੁੱਧ ਬਖਸ਼ਿਸ਼ ਕਰੋ ਇਹ ਅਰਦਾਸ ਕਰ ਗੁਰੂ ਦੇ ਚਰਨਾਂ ਦੇ ਕਿ ਹਾਰ ਪਰਿਉ ਸੁਆਮੀ ਕੈ ਦਵਾਰੇ ਪਾਛੈ ਤੁਹਾਡੇ ਚਰਨਾਂ ਵਿੱਚ ਅਸੀਂ ਹਾਰ ਕੇ ਇਹ ਮੱਥਾ ਟੇਕ ਰਹੇ ਆਂ ਪਾਠ ਪੜਨ ਨਾਲ ਹੰਕਾਰ ਨਹੀਂ ਦੂਰ ਹੋਇਆ ਸਗੋਂ ਹੋਰ ਵੱਧ ਗਿਆ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਨੇਕਾਂ ਅਰਦਾਸ ਕਰੋ ਹਾਰ ਪਰਿਉ ਸੁਆਮੀ ਕੈ ਦਵਾਰੇ ਦੀਜੈ ਬੁੱਧ ਬਵਿੱਕਾ ਮਹਾਰਾਜ ਬਿਵੇਕ ਬੁੱਧ ਬਖਸ਼ਿਸ਼ ਕਰੋ ਕਿਉਂਕਿ ਬਾਲ ਬੁੱਧ ਤਾਂ ਆਉਣੀ ਨਹੀਂ ਨਾ ਹੁਣ ਆਪਾਂ ਵੱਡੇ ਹੋ ਗਏ ਉਹ ਤਾਂ ਕੋਈ ਕਰੋੜ ਵਿੱਚੋਂ ਇੱਕ ਹੈ ਜਿਹਦੇ ਅੰਦਰ ਬਾਲ ਬੁੱਧ ਪ੍ਰਵੇਸ਼ ਕਰਦੀ ਉਹਨੂੰ ਤਾਂ ਮਹਾਰਾਜ ਨੇ ਕਿਹਾ ਕੋਟਨ ਮੈਂ ਨਾਨਕ ਕੋਉ ਨਰਾਇਣ ਜੈ ਚੀਤ ਕਰੋੜਾਂ ਚ ਕੋਈ ਇੱਕ ਹੈ ਜਿਹੜੇ ਕਿਸੇ ਸਾਧੂ ਦੀ ਬੁੱਧ ਬੱਚਿਆਂ ਵਰਗੀ ਹੋ ਜਾਂਦੀ ਬਾਲ ਬੁੱਧ ਉਤੇ ਅਸਰ ਨਹੀਂ ਹੁੰਦਾ ਕੋਈ ਜੋ ਨਰ ਦੁੱਖ ਮੇ ਦੁੱਖ ਨਹੀਂ ਮੰਨੇ ਸੁਖ ਸੁਨੇਹਰ ਭੈ ਨਹੀਂ ਜਾ ਕੇ ਕੰਚਨ ਮੱਟੀ ਮੰਨੇ ਨੈ ਨਿੰਦਿਆ ਨੈ ਉਸਤਤ ਜਾ ਕੇ ਲੋਭ ਮੋਹ ਅਭਿਮਨ ਹਰਖ ਸੋਗ ਤੇ ਰਹੇ ਨਿਆਰੋ ਤਿੰਨ ਜਗ ਤਤ ਬਸ਼ਨੋ ਕਰੋੜਾਂ ਵਿੱਚੋਂ ਕੋਈ ਇੱਕ ਹੈ ਅੱਛਾ ਬੱਚੇ ਨੂੰ ਇੱਥੇ ਸੱਦ ਕੇ ਸਰੂਪਾ ਦੇ ਦਿਓ ਉਹਨੇ ਜਦੇ ਬਾਹਰ ਜਾ ਕੇ ਫੜਾ ਕੇ ਫਿਰ ਖੇਲਣ ਲੱਗ ਪੈਣਾ ਅੱਪਾ ਨੂੰ ਕੋਈ ਮਾਣ ਮਿਲੇ ਆਪਾਂ ਥੋੜੇ ਸਾਥ ਨਾਲ ਹੋ ਕੇ ਬੈਠੀਦਾ ਵੀ ਮੈਂ ਹੁਣ ਸਾਰਿਆਂ ਵਿੱਚ ਮਾਣ ਪਾ ਰਿਹਾ ਮੈਂ ਵਧੀਆ ਬਹਿਣਾ ਨੰ ਬੱਚੇ ਉੱਤੇ ਉਸ ਦਾ ਅਸਰ ਹੈ ਨਾ ਨਿੰਦਿਆ ਦਾ ਅਸਰ ਕਰੋਣਾ ਵਿੱਚੋਂ ਕੋਈ ਸਾਧੂ ਹੈ ਜਿਹਨੂੰ ਬਾਲ ਬੁੱਧ ਮਿਲਦੀ ਫਿਰ ਜਿਹੜੇ ਆਪਾਂ ਵੱਡੀ ਉਮਰ ਦੇ ਬੈਠੇ ਰੋਜ਼ ਗੁਰਦਵਾਰਿਆਉਣਾ ਸਤਸੰਗ ਵਿੱਚ ਆਉਣਾ ਕਿਉਂ ਆਪਾਂ ਗੁਰੂ ਕੋਲ ਮੰਗਣੀ ਬਿਵੇਕ ਬੁੱਧ ਮਹਾਰਾਜ ਸਾਡੀ ਬੁੱਧ ਵਿੱਚ ਅਹੰਕਾਰ ਹੈ, ਵਿਕਾਰ ਹੈ, ਈਰਖਾ ਹੈ, ਦੁਸ਼ ਹੈ। ਸਾਡੀ ਮਤ ਵਿੱਚ ਚੰਗੇ ਮਾੜੇ ਲੋਕ ਨਜ਼ਰ ਆ ਰਹੇ ਨੇ। ਮਹਾਰਾਜ ਬਿਵੇਕ ਬੁੱਧ ਬਖਸ਼ਿਸ਼ ਕਰੋ। ਬਿਨ ਸਾਰਿਆਂ ਵਿੱਚ ਰਹੀਏ ਪਰ ਕਰੀਏ ਕੀ? ਰਹਿਣਾ ਇਹਨਾਂ ਸਾਰਿਆਂ ਵਿੱਚ ਹੀ ਹੈ ਪਰ ਮਹਾਰਾਜ ਬਿਵੇਕ ਬੁੱਧ ਬਖਸ਼ੋ ਜਿਸ ਨਾਲ ਇਹ ਸਮਝਾਵੇ ਵੀ ਇਹਨਾਂ ਵਿੱਚ ਰਹਿਣਾ ਕਿਵੇਂ ਹੈ? ਸਭ ਕੁਝ ਪਰਵਾਰ ਵਿੱਚ ਰਹਿੰਦੇ ਕਿਵੇਂ ਰੱਬ ਮਿਲੇ? ਨਹੀਂ ਤਾਂ ਮਹਾਰਜ ਬਚਨ ਕਹਿੰਦੇ ਫਿਰ ਮੋਨ ਭਇਓ ਕਰ ਪਾਤੀ ਰਹਿਓ ਕਹਿੰਦੇ ਤੂੰ ਮੋਨ ਵੀ ਧਾਰ ਲੈ ਨਾ ਵੀ ਮੈਂ ਬੋਲਣਾ ਨਹੀਂ ਹੈ ਤਾਂ ਬਾਹਰੋਂ ਚੁੱਪ ਕਰਨ ਨਾਲ ਕੀ ਹੋਣਾ ਮਨ ਬੋਲੀ ਜਾ ਰਿਹਾ ਅੰਦਰ ਬਾਹਰੋਂ ਚੁੱਪ ਕਰਨ ਨਾਲ ਨਹੀਂ ਕੁਝ ਹੋਏਗਾ ਫਿਰ ਪਾਤਸ਼ਾਹ ਬਚਨ ਕਹਿੰਦੇ ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਟਟ ਤੀਰਥ ਸਭ ਦਰਤੀ ਭ੍ਰਮਿਓ ਦੁਬਿਦਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜਾਏ ਵਸਿਓ ਤੀਰਥਾਂ ਤੇ ਚਲੇ ਗਏ ਸਿਰ ਕਰ ਵਤ ਤਰਾਏ ਮਨ ਕੀ ਮਹਿਲ ਨ ਉਤਰੈ ਇਹ ਵਿਦਜੇ ਲਖ ਜਤਨ ਕਰਾਏ ਕਹਿੰਦੇ ਮਨ ਦੀ ਮਹਿਲ ਬੁੱਧ ਦੀ ਮਹਿਲ ਉਤਰੀ ਨਹੀਂ ਹੈ ਲੱਖਾਂ ਹੀ ਯਤਨ ਕਰਕੇ ਇਸ ਲਈ ਗੁਰੂ ਕੋਲੋਂ ਵਿਵੇਕ ਬੁੱਧ ਮੰਗ ਜਿਸ ਬੁੱਧ ਨਾਲ ਸਾਰੇ ਸੰਸਾਰ ਵਿੱਚ ਦੁੱਖਾਂ ਸੁੱਖਾਂ ਵਿੱਚ ਰਹਿੰਦੇ ਹੁਆ ਉਸ ਤਦਨਿੰਦਿਆਂ ਵਿੱਚ ਰਹਿੰਦੇ ਆ ਤੂੰ ਜਪ ਸਕੇ ਸਤਨਾਮ ਸ੍ਰੀ ਵਾਹਿਗੁਰੂ ਦੁਨੀਆ ਸੁੱਖ ਪ੍ਰਾਪਤ ਕਰਨ ਲਈ ਤਰਨ ਤਰਨ ਦੇ ਤਰੀਕੇ ਲੱਭ ਰਹੀ ਕੋਈ ਲੋਕ ਹਿਲ ਸਟੇਸ਼ਨ ਤੇ ਜਾਂਦੇ ਨੇ ਉੱਥੇ ਇਸ ਤਰ੍ਹਾਂ ਰਹਿ ਕੇ ਆਈਏ ਸ਼ਾਇਦ ਸੁਖੀ ਹੋ ਜਾਈਏ ਮੈਂ ਹੁਣ ਲਾਸਟ ਟਾਈਮ ਜਦੋਂ ਕੈਨੇਡਾ ਗਿਆ ਜਿੱਥੇ ਮੈਨੂੰ ਬੈਂਫ ਵਿੱਚ ਵੇਖਣ ਨੂੰ ਮਿਲੀ ਉਹ ਸੜੀ ਤੋਂ ਕਲਗਰੀ ਨੂੰ ਰਸਤਾ ਜਾਂਦਾ ਹੈ ਪਹਾੜੀ ਰਸਤਾ ਹੈ। ਤੋਂ ਬਹੁਤ ਹੈਰਾਨ ਹੋਇਆ ਮੈਂ ਉੱਥੇ ਸਤਸੰਗ ਨਾਲ ਬਹੁਤ ਵੱਡਿਆ ਲੇਖ ਜਿਹਨੂੰ ਛੋਟਾ ਸਮੁੰਦਰ ਕਹਿੰਦੇ ਉਹ ਚੱਲਦਾ ਹੈ। ਉਹ ਛੋਟੇ ਸਮੁੰਦਰ ਦੇ ਕੰਢੇ ਨਾ ਬਹੁਤ ਰਮਣੀਕ ਸਥਾਨ ਹੈ। ਤਰੰਤਰ ਨੇ ਫੁੱਲ ਬਗੀਚੇ ਪਾਰਕਾਂ ਬਣੀਆਂ ਹੋਈਆਂ ਨੇ ਲੋਕ ਪਿਕਨਿਕ ਪੁਆਇੰਟ ਬਣਿਆ ਹੋਇਥੇ ਲੋਕ ਜਾਂਦੇ ਨੇ ਘੁੰਮਣ ਉੱਥੇ ਹੋਟਲ ਬਣਿਆ ਹੋਇਆ ਤਾਂ ਬਹੁਤ ਮਹਿੰਗਾ ਹੋਟਲ ਹੈ ਹਜ਼ਾਰਾਂ ਡਾਲਰ ਉਹਦੇ ਇੱਕ ਦਿਨ ਹੱਦ ਦੇ 24 ਘੰਟੇ ਦੇ ਭਰਨੇ ਪੈਂਦੇ ਜਿਹੜੇ ਲੋਕ ਉੱਥੇ ਰਹਿੰਦੇ ਗੋਰੇ ਜਾ ਕੇ ਰਹਿੰਦੇ ਨੇ ਉੱਥੇ ਤਾਂ ਮੈਨੂੰ ਗੁਰਮੁਖ ਪਿਆਰਿਆਂ ਨੇ ਵਿਖਾਇਆ ਕਿ ਨੇ ਭਾਈ ਸਾਹਿਬ ਵੀ ਇੱਥੇ ਲੋਕ ਹਜ਼ਾਰਾਂ ਡਾਲਰ ਖਰਚ ਕੇ ਇਸ ਪਹਾੜੀ ਔਰ ਸਮੁੰਦਰ ਦੇ ਵਿਚਕਾਰ ਬਣੇ ਹੋਏ ਹੋਟਲ ਤੇ ਇੱਥੇ ਲੋਕ ਰਹਿੰਦੇ ਨੇ ਸਵੇਰੇ ਉੱਠਣਗੇ ਉਹਨਾਂ ਨੂੰ ਬਹੁਤ ਸੋਹਣਾ ਨਜ਼ਾਰਾ ਦਿਸਦਾ ਹੈ ਸੰਭ ਨੂੰ ਸੂਰਜ ਚੜ੍ਹ ਰਿਹਾ ਹੈ ਪਰੇ ਪਹਾੜ ਤੇ ਸنوਹ ਪਈ ਹੋਈ ਹੈ ਨਾਲ ਛੋਟਾ ਲੇਖ ਸਮੁੰਦਰ ਚੱਲ ਰਿਹਾ ਹੈ ਉਹਨੂੰ ਉਹ ਦੁਨੀਆ ਦੀ ਜੰਨਤ ਕਹਿੰਦੇ ਨੇ ਔਰ ਕੈਨੇਡਾ ਦਾ ਸਭ ਤੋਂ ਸੁੰਦਰ ਸਥਾਨ ਨਾ ਬਹੁਤ ਮੰਗਾ ਹੈ ਤਾਂ ਬੜੀ ਹੈਰਾਨਗੀ ਹੋਈ ਉਸ ਹੋਟਲ ਵਿੱਚ ਨਾ ਇੱਕ ਕਮਰਾ ਉਹਨਾਂ ਨੇ ਬੰਦ ਕੀਤਾ ਹੋਇਆ ਬਾਹਰੋਂ ਹੁਣ ਉਹਨਾਂ ਨੇ ਕੰਦ ਕਰ ਦਿੱਤੀ ਹੈ ਜਿੰਨੇ ਨੰਬਰ ਲਿਖੇ ਹੋਏ ਨੇ 69 70 71 72 ਉਹਦੇ ਵਿੱਚ ਇੱਕ ਨੰਬਰ ਜਿਹੜਾ ਉਹ ਮਿਸਪਲੇਸ ਹੈ ਮਨੂੰ ਪੁੱਛਿਆ ਵੀ ਇਹ 71 ਤੋਂ ਬਾਅਦ 72 ਆਉਣਾ ਚਾਹੀਦਾ ਸੀ 73 ਕਿਉਂ ਆਇਆ ਹੈ ਬੰਦ ਕਿਉਂ ਹੈ ਉਹ ਕਹਿੰਦੇ ਭਾਈ ਸਾਹਿਬ ਜੀ ਬਹੁਤ ਸਾਲ ਪਹਿਲਾਂ ਇੱਥੇ ਕੋਈ ਜੋੜਾ ਨਾ ਆਇਆ ਜੋੜਾ ਘੁੰਮਣ ਫਿਰਨ ਆਇਆ ਸੀ ਇੱਥੇ ਉਹਨਾਂ ਹਜ਼ਾਰਾਂ ਡਾਲਰ ਖਰਚੇ ਤਾਂ ਇਸ ਕਮਰੇ ਵਿੱਚ ਆਤਮ ਹੱਤਿਆ ਕਰ ਲਈ ਸੁਸਾਈਡ ਕਰ ਲਈ ਉਦੋਂ ਤੋਂ ਇਸ ਕਮਰੇ ਵਿੱਚ ਉਹਨਾਂ ਦੀ ਰੂਹ ਟਕਦੀ ਹੈ ਕਹਿੰਦੇ ਫਿਰ ਇਹ ਹੋਟਲ ਬੰਦ ਹੋ ਗਿਆ ਉਹ ਨਾਲ ਦੇ ਹੋਟਲ ਉੱਥੇ ਖਰਾਬ ਹੁੰਦਾ ਸੀ ਉਹ ਰੂਕ ਉਮਦੀ ਸੀ ਫਿਰ ਪਤਾ ਲੱਗਾ ਵੀ ਇਸ ਕਮਰੇ ਵਿੱਚ ਉਹ ਨਹੀਂ ਕਮਰਾ ਪੱਕਾ ਹੀ ਤਾਲਾ ਲਾ ਦਿੱਤਾ ਹੁਣ ਤੋਂ ਉਹਦੇ ਬਾਹਰ ਕੰਦ ਕੀਤੀ ਹੋਈ ਹੈ ਕਹਿੰਦੇ ਹੁਣ ਜਾ ਕੇ ਬਹੁਤ ਸਾਲਾਂ ਬਾਅਦ ਉੱਚੋਂ ਆਵਾਜ਼ ਆਉਣੀ ਹਟਈਏ ਪਰ ਕਮਰਾ ਉਹ ਨਹੀਂ ਹਜੇ ਵੀ ਉਹ ਸੀਲ ਹੀ ਕੀਤਾ ਹੋਇਆ ਤਾਂ ਬਹੁਤ ਹੈਰਾਨਗੀ ਹੋਈ ਭਾਈ ਜਿੱਥੇ ਲੋਕ ਦੁਨੀਆਂ ਦਾ ਆਨੰਦ ਸੁੱਖ ਲੱਭਣ ਜਾਂਦੇ ਨੇ ਉੱਥੇ ਵੀ ਆਤਮ ਹੱਤਿਆ ਕਰ ਲੈਂਦੇ ਨੇ ਜਿੱਥੇ ਲੋਕਾਂ ਨੂੰ ਲੱਗਦਾ ਵੀ ਹਜ਼ਾਰਾਂ ਡਾਲਰ ਖਰਚ ਕੇ ਇੱਥੇ ਸਕੂਨ ਸੁੱਖ ਆਨੰਦ ਹੈ ਉੱਥੇ ਵੀ ਜਾ ਕੇ ਆਤਮ ਹੱਤਿਆ ਕਰ ਲੈਂਦੇ ਇਹਦਾ ਮਤਲਬ ਕਿਤੇ ਸੁੱਖ ਨਹੀਂ ਹੈ ਜਿੰਨੀ ਦੇਰ ਬਿਵੇਕ ਬੁੱਧ ਨਹੀਂ ਹੈ ਜਦੋਂ ਬਿਵੇਕ ਬੁੱਧ ਆ ਗਈ ਫਿਰ ਤੁਹਾਨੂੰ ਕਲ ਕਲੇਸ਼ ਦੁਨੀਆ ਸੰਸਾਰ ਵਿੱਚ ਰਹਿੰਦੇ ਆ ਸੁੱਖ ਲੈਣ ਦਾ ਤਰੀਕਾ ਸਮਝ ਆ ਜਾਣ ਇਸ ਆਪਣੀ ਬੁੱਧੀ ਤੇ ਡਿਪੈਂਡ ਹੈ ਇਹ ਆਪਣੀ ਮਤ ਉੱਤੇ ਡਿਪੈਂਡ ਹੈ ਬਾਤਿਆਂ ਨੇ ਮਾਣੀ ਅੰਦਰ ਬਚਨ ਕਹੇ ਗੁਰੂ ਕੋਲੋਂ ਮੰਗ ਤੈਨੂੰ ਬਿਵੇਕ ਬੁੱਧ ਮਿਲੇ ਜਦੋਂ ਬਿਵੇਕ ਬੁੱਧ ਪ੍ਰਾਪਤ ਹੋ ਗਈ ਉਦੋਂ ਆਲੇ ਦਾਲੇ ਤੁਹਾਡੇ ਕੁਝ ਵੀ ਹੋਵੇ ਕਲ ਕਲੇ ਸੋਵੇ ਬਹਿਰ ਵਿਰੋਧ ਹੋਵੇ ਮਾੜੇ ਲੋਕ ਰਹਿੰਦੇ ਹੋਣ ਤੁਸੀਂ ਉਹਨਾਂ ਵਿੱਚ ਸੁਖੀ ਰਹੋ ਹੁੰਦੇ ਤੁਹਾਡਾ ਕੁਝ ਵੀ ਕੋਈ ਬਾਹਲ ਬਿੰਦਾਨੀ ਕਰ ਸਕਦਾ ਇਸ ਲਈ ਮਹਾਰਾਜ ਕਹਿੰਦੇ ਗੁਰੂ ਕੋਲੋਂ ਮੰਗਿਆ ਕਰ ਉੱਠ ਕੇ ਸਵੇਰੇ ਮਹਾਰਾਜ ਸਾਨੂੰ ਬਿਵੇਕ ਬੁੱਧ ਬਖਸ਼ਿਸ਼ ਕਰੋ ਜਪਜੀ ਸਾਹਿਬ ਵਿੱਚ ਵੀ ਤਾਂ ਹੀ ਦੋ ਵਾਰ ਪੌੜੀਆਂ ਨਾਲ ਲਿਖਿਆ ਹੋਇਆ ਗੁਰੂ ਕੋਲੋਂ ਮੰਗ ਗੁਰਾ ਇੱਕ ਦੇ ਬੁਝਾਈ ਪੜੋ ਸਭਨਾਂ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨ ਜਾਈ ਗੁਰੂ ਦੇ ਕੋਲੋਂ ਮੰਗ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰ ਮਹਾਰਾਜ ਕਿਰਪਾ ਕਰੋ ਹਾਰ ਪਰਿਓ ਸੁਆਮੀ ਕੈ ਦੁਆਰੇ ਦਿਜੈ ਬੁੱਧ ਬਵੇਕਾ ਫਿਰ ਕਲ ਕਲੇਸ਼ ਵਿੱਚ ਰਹਿੰਦੇ ਆ ਤੁਹਾਡੇ ਉੱਤੇ ਅਸਰ ਹੀ ਨਹੀਂ ਹੋਏਗਾ ਫਿਰ ਬਾਦਸ਼ਾਹ ਬਾਣੀ ਅੰਦਰ ਬਚਨ ਕਹਿੰਦੇ ਜਦੋਂ ਬਵੇਕ ਬੁੱਧ ਮਿਲ ਜਾਣੀ ਨਾ ਕਿੰਨਾ ਵੀ ਤੁਹਾਡੇ ਵਾਲੇ ਵਾਲੇ ਕਲ ਕਲੇਸ਼ ਹੋਵੇ ਤੁਹਾਨੂੰ ਸਮਝ ਆ ਜਾਣੀ ਕਿ ਜਿੱਥੇ ਬੋਲਣ ਹਾਰੀ ਐ ਤਿੱਥੇ ਚੰਗੀ ਚੁੱਪ ਜਿੱਥੇ ਬਹੁਤਾ ਬੋਲਣ ਨਾਲ ਹਾਰ ਜਾਈਦਾ ਉੱਥੇ ਚੁੱਪ ਕਰ ਜਾਓ ਪਰ ਲੋਕ ਚੁੱਪ ਕਰਦੇ ਨਹੀਂ ਲੋਕਾਂ ਦਾ ਕਲਕਲੇਸ ਵੱਧ ਹੈ ਚੁੱਪ ਉਹ ਕਰਦਾ ਜਿਹਨੂੰ ਗੁਰੂ ਨੇ ਬਿਵੇਕ ਬੁੱਧ ਦਿੱਤੀ ਹੈ ਉਹਨੂੰ ਪਤਾ ਹੈ ਵੀ ਇੱਥੇ ਬੋਲਣ ਨਾਲ ਹਾਰ ਨਹੀਂ ਇੱਥੇ ਕੁਝ ਨਹੀਂ ਮਿਲਣਾ ਉਹ ਚੁੱਪ ਹੋ ਜਾਂਦਾ ਜਦੋਂ ਬਿਵੇਕ ਬੁੱਧ ਮਿਲ ਗਈ ਫਿਰ ਤੁਹਾਡੇ ਅੰਦਰੋਂ ਆਪੇ ਹੀ ਆਉਣ ਲੱਗ ਪੈਣਾ ਵੀ ਇੱਥੇ ਗੱਲ ਕਰਨੀ ਚਾਹੀਦੀ ਆ ਇੱਥੇ ਨਹੀਂ ਕਰਨੀ ਚਾਹੀਦੀ ਫਿਰ ਮਹਾਰਾਜ ਕਹਿੰਦੇ ਬੰਦੇ ਨੂੰ ਸਮਝਾਉਣ ਲੱਗ ਪੈਂਦੀ ਹੈ ਕਿ ਸੰਤ ਮਿਲੈ ਕਿਛ ਸੁਣੀਐ ਕਹੀਐ ਕੋਈ ਰੱਬ ਦੇ ਪਿਆਰੇ ਮਿਲਣ ਉੱਤੇ ਗੁਰੂ ਦੀਆਂ ਬਤਾਂ ਕਰੋ ਤੇ ਜੇ ਕੋਈ ਸਾਗਤ ਬੰਦਾ ਮਿਲ ਜਾਏ ਮਿਲੈ ਅਸੰਤ ਮਸਟ ਕਰ ਰਹੀ ਹੈ ਸਾਗਤ ਬੰਦਾ ਮਿਲ ਜਾਏ ਫਿਰ ਚੁੱਪ ਕਰ ਜਾਓ ਫਿਰ ਨਾ ਬੋਲੋ ਇਹ ਕਦੋਂ ਸਮਝਾਉਣੀ ਹੈ ਜਦੋਂ ਗੁਰੂ ਨੇ ਵਿਵੇਕ ਬੁੱਧ ਦਿੱਤੀ ਨਹੀਂ ਤਾਂ ਲੋਕ ਲੜਾਈ ਨੂੰ ਵਧਾਉਂਦੇ ਨੇ ਔਰ ਬਜ਼ੁਰਗਾਂ ਦਾ ਇੱਕ ਮੁਹਾਵਰਾ ਹੈ ਭਾਈ ਲੜਾਈ ਨੂੰ ਤੇ ਲੱਸੀ ਨੂੰ ਜਿੰਨਾ ਮਰਜ਼ੀ ਵਧਾ ਲਓ ਪਾਣੀ ਪਾਣਾ ਹੋਰ ਲੱਸੀ ਵਿੱਚ ਉਹਨੇ ਹੋਰ ਵੱਧ ਜਾਣਾ ਪਰ ਜਦੋਂ ਵਿਵੇਕ ਬੁੱਧ ਮਿਲ ਜਾਏ ਫਿਰ ਤੁਹਾਡਾ ਕਲ ਕਲੇਸ਼ ਵੱਧ ਨਹੀਂ ਸਕਦਾ ਫਿਰ ਤੁਸੀਂ ਕਿਸੇ ਵੀ ਹਾਲਾਤ ਕਿਸੇ ਵੀ ਸਿਚੁਏਸ਼ਨ ਵਿੱਚੋਂ ਤੁਸੀਂ ਸੁਖੀ ਰਹੋ ਹੁੰਦੇ ਸਭ ਕੁਝ ਹੋਣ ਦੇ ਬਾਵਜੂਦ ਜਦੋਂ ਬੁੱਧ ਉੱਤੇ ਮਤ ਉੱਤੇ ਮਾਈਂਡ ਉੱਤੇ ਭਾਰ ਤੁਹਾਡੇ ਪੈਣਾ ਵਿਆ ਗੱਲਾਂ ਚੰਗੀਆਂ ਨਹੀਂ ਇੱਕਦਮ ਤੁਸੀਂ ਲੱਗ ਕੇ ਛੱਡ ਦਿਓ ਉਹ ਚੀਜ਼ ਤੁਹਾਨੂੰ ਔਖੀ ਨਹੀਂ ਕਰੇਗੀ ਪਾਤਸ਼ਾਹ ਨੇ ਬਚਨ ਕਹੇ ਹੁਣ ਉਹ ਬਿਵੇਕ ਬੁੱਧ ਮਹਾਰਾਜ ਕਿਵੇਂ ਆਵੇ ਕਹਿੰਦੇ ਉਹਦੇ ਵਾਸਤੇ ਤੈਨੂੰ ਵਿਚਾਰ ਕਰਨੀ ਪੈਣੀ ਹੈ ਬਿਵੇਕ ਬੁੱਧ ਐ ਤਾਂ ਹੈ ਨਹੀਂ ਕੋਈ ਢੋਲ ਕੇ ਕਿਸੇ ਦੇ ਦਿਮਾਗ 'ਚ ਪਾ ਦੇ ਮਹਾਰਾਜ ਕੀ ਵਿੱਚ ਹਰ ਕਰਨੀ ਫਿਰ ਰੋਜ਼ ਤੁਸੀਂ ਪੜ੍ਹਦੇ ਹੋ ਥਾਲ ਵਿੱਚ ਤਿੰਨ ਵਸਤੂ ਪਈਓ ਪੜੋ ਥਾਲ ਵਿੱਚ ਤਿੰਨ ਵਸਤੂ ਪਈਓ ਥਾਲ ਵਿੱਚ ਤਿੰਨ ਸਤ ਸੰਤੋਖ ਵਿਚਾਰੋ ਕਹਿੰਦੇ ਸਤ ਦੀ ਵਿਚਾਰ ਕਰ ਸੰਤੋਖ ਦੀ ਵਿਚਾਰ ਕਰ ਪਹਿਲਾਂ ਤਾਂ ਮਨ ਵਿੱਚ ਸੰਤੋਖ ਰੱਖ ਸਬਰ ਰੱਖ ਇੱਕ ਨੁਕਤਾ ਨੋਟ ਕਰਿਓ ਧਿਆਨ ਨਾਲ ਜਿਨ੍ਹਾਂ ਦੇ ਅੰਦਰ ਸਬਰ ਹੈ ਨਾ ਉਹ ਬੰਦੇ ਬਹੁਤ ਸੁਖੀ ਨਜ਼ਰ ਆਉਣਗੇ ਜਿਨ੍ਹਾਂ ਦੇ ਅੰਦਰ ਸਬਰ ਸੰਤੋਖ ਹੈ ਚਿੱਤ ਰੱਖਿਓ ਉਹਨਾਂ ਦੇ ਅੰਦਰ ਤਿਆਗ ਆਉਣ ਲੱਗ ਪੈਂਦਾ ਔਰ ਜਿਹਦੇ ਅੰਦਰ ਸਬਰ ਸੰਤੋਖ ਤੇ ਤਿਆਗ ਆ ਜਾਏ ਇਹ ਗੁਰੂ ਦੀ ਵਿਚਾਰ ਨਾਲ ਆਉਣੇ ਉਹ ਬੰਦੇ ਕਦੇ ਗੁਲਾਮ ਨਹੀਂ ਹੋਣਗੇ ਕਿਸੇ ਚੀਜ਼ ਕਦੇ ਕਿਸੇ ਔਗਣ ਦੇ ਗੁਲਾਮ ਨਹੀਂ ਹੋਣਗੇ ਉਹਨਾਂ ਨੂੰ ਤਿਆਗਣ ਦੀ ਸ਼ਮਤਾ ਵੱਧ ਜਾਂਦੀ ਉਹ ਛੱਡਣ ਵਿੱਚ ਆਉਣ ਇੱਕ ਪਲ ਵਿੱਚ ਆਪਣੀ ਆਦਤ ਬਦਲ ਦੇਣ ਨਹੀਂ ਤਾਂ ਜਿਹੜੇ ਲੋਕ ਆਦਤਾਂ ਦੇ ਗੁਲਾਮ ਹੋ ਗਏ ਸਾਦ ਸੰਗਤ ਆ ਸ਼ਰਾਬ ਵੀ ਛੱਡਣੀ ਬਹੁਤ ਔਖੀ ਹੈ ਦੂਜੇ ਨਸ਼ਿਆਂ ਦੀ ਤਾਂ ਗੱਲ ਹੀ ਛੱਡ ਦਿਓ ਕਿਸੇ ਦੀ ਨਿੰਦਿਆ ਕਰਨੀ ਆਦਤ ਪੈ ਜਾਏ ਉਹ ਛੱਡਣੀ ਔਖੀ ਹੈ ਉਹਨੂੰ ਛੱਡ ਦਿਓ ਸਾਦ ਸੰਗਤ ਹੋਰ ਕਈ ਤਰ੍ਹਾਂ ਦੀਆਂ ਆਦਤਾਂ ਨੇ ਜੇ ਉਹ ਆਦਤ ਬੰਦੇ ਦੇ ਪੈ ਜੈ ਨਾ ਗੱਲਾਂ ਕਰਦੇ ਆ ਕਈਆਂ ਨੂੰ ਗੱਲ ਗੱਲ ਉੱਤੇ ਗਾਲ ਕੱਢਣ ਦੀ ਆਦਤ ਹੈ ਉਹਨਾਂ ਦੀ ਉਹੀ ਨਹੀਂ ਆਦਤ ਜਾ ਰਹੀ ਇਹ ਆਦਤਾਂ ਮੰਨਦੀਆਂ ਬਦਲਦੀਆਂ ਨਹੀਂ ਹੈ ਜਦੋਂ ਗੁਰੂ ਦਾ ਗਿਆਨ ਉਪਦੇਸ਼ ਗੁਰੂ ਦਾ ਸ਼ਬਦ ਆਪਾਂ ਸਤ ਸੰਤੋਖ ਵਿੱਚ ਆ ਗਏ ਉਦੋਂ ਬਾਦਸ਼ਾਹ ਕਨੇ ਵਿਚਾਰ ਤੋਂ ਬਾਅਦ ਤੈਨੂੰ ਸਬਰ ਆ ਜਾਣਾ ਸੰਤੋਖ ਆ ਜਾਣਾ ਫਿਰ ਭਾਈ ਤੂੰ ਕਿਸੇ ਚੀਜ਼ ਦਾ ਗੁਲਾਮ ਨਹੀਂ ਹੋਏਂਗਾ ਇੱਕ ਉਦਾਹਰਨ ਧਿਆਨ ਨਾਲ ਸੁਣਿਓ ਜੰਗਲ ਵਿੱਚ ਬੰਦਰ ਰਹਿੰਦੇ ਨੇ ਸੱਭ ਨੇ ਬਾਣੀ ਅੰਦਰ ਜ਼ਿਕਰ ਕੀਤਾ ਕਹਿੰਦੇ ਸ਼ਿਕਾਰੀ ਆਇਆ ਬੰਦਰ ਨੂੰ ਫੜਨ ਉਹਨੇ ਕੀ ਕੀਤਾ ਇੱਕ ਮਿੱਟੀ ਦਾ ਕੁੱਜਾ ਉਹਨੇ ਮਿੱਟੀ 'ਚ ਲਿਆ ਕੇ ਧਰਤੀ 'ਚ ਦੱਬ ਦਿੱਤਾ ਉਹ ਘਟਾ ਜਿਹਦਾ ਮੂੰਹ ਬਿਲਕੁਲ ਛੋਟਾ ਸੀ ਜਦੋਂ ਉਹ ਦੱਬ ਦਿੱਤਾ ਤਾਂ ਉਹਦੇ ਵਿੱਚ ਪੁੱਜੇ ਹੋਏ ਉਹਨੇ ਚਨੇ ਪਾ ਦਿੱਤੇ ਉੱਜਨੇ ਪਹੁੰਚਣ ਤੋਂ ਬਾਅਦ ਸ਼ਿਕਾਰੀ ਲੁੱਕ ਕੇ ਬਹਿ ਗਿਆ ਪਰਿਆ ਜਿਹੜਾ ਮੰਦਰ ਹੈ ਨਾ ਉਹਨੂੰ ਸਬਰ ਨਹੀਂ ਸੀ ਜੇ ਉਹ ਸਬਰ ਰੱਖਦਾ ਉਹਨੂੰ ਸ਼ਿਕਾਰੀ ਫੜ ਨਹੀਂ ਸਕਦਾ ਪਤਾ ਕਿਉਂ ਸ਼ਿਕਾਰੀ ਬਹੁਤੇ ਘੰਟੇ ਜੰਗਲ ਵਿੱਚ ਨਹੀਂ ਰਹਿੰਦਾ ਉਹ ਤਾਂ 2-4 ਘੰਟੇ ਲਿਆਇਆ ਜੇ ਕੋਈ ਸ਼ਿਕਾਰ ਹੱਥ ਆ ਗਿਆ ਠੀਕ ਹੈ ਨਹੀਂ ਉਹਨੇ ਘਰ ਨੂੰ ਮੁੜ ਜਾਣਾ ਸ਼ਿਕਾਰੀ ਨੇ ਰਾਤ ਥੋੜੀ ਰਹਿਣਾ ਜੰਗਲ ਵਿੱਚ ਉਹ ਤਾਂ 1-2 ਘੰਟੇ ਲਿਆਇਆ ਜੇ ਸ਼ਿਕਾਰ ਹੱਥਾ ਗਿਆ ਠੀਕ ਹੋਣੇ ਚਲੇ ਜਾਣਾ ਨਹੀਂ ਤਾਂ ਬੰਦਰ ਦੇ ਮਨ 'ਚ ਸਬਰ ਨਹੀਂ ਸੀ ਜੇ ਉਹ 2-4 ਘੰਟੇ ਸਬਰ ਕਰ ਲੈਂਦਾ ਨਾ ਸ਼ਿਕਾਰੀ ਨੇ ਚਲੇ ਜਾਣਾ ਸੀ ਬਾਅਦ ਵਿੱਚ ਜਿਵੇਂ ਮਰਜ਼ੀ ਚੰਨੇ ਕੱਢ ਕੇ 2-4 ਜਣੇ ਖਾਈ ਜਾਂਦੇ ਇੱਕ ਨੰਬਰ ਤੇ ਸਬਰ ਨਹੀਂ ਸੀ ਦੋ ਨੰਬਰ ਤੇ ਜਿਹਦੇ ਅੰਦਰ ਸਬਰ ਨਹੀਂ ਉਹ ਤਿਆਗ ਵੀ ਨਹੀਂ ਕਰ ਸਕਦਾ ਕਿਸੇ ਚੀਜ਼ ਦਾ ਕਹਿੰਦੇ ਨੇ ਮੰਦਰ ਆਇਆ ਉਹਨੇ ਘੜੇ ਵਿੱਚ ਹੱਥ ਪਾ ਲਿਆ ਵਿੱਚੋਂ ਇਸ ਤਰ੍ਹਾਂ मुट्ठी ਭਰ ਲਈ ਛੋਲਿਆਂ ਦੀ ਜਦੋਂ ਨੇ ਹੱਥ ਇਸ ਤਰ੍ਹਾਂ मुट्ठी ਭਰ ਲਈ ਉਹਦਾ ਹੱਥ ਫਸ ਗਿਆ ਘੜੇ ਦੇ ਮੂੰਹ 'ਚ ਜਿੱਥੇ ਉਹਦੇ ਅੰਦਰ ਸਬਰ ਨਹੀਂ ਹੈ ਉੱਥੇ ਤਿਆਗ ਵੀ ਨਹੀਂ ਹੈ ਉਹਨੂੰ ਉਹ ਛੋਲੇ ਛੱਡ ਦੇਵੇ ਚਨੇ ਛੱਡ ਦੇਵੇ ਤਾਂ ਆਜ਼ਾਦ ਹੋ ਸਕਦਾ ਸੀ ਪਰ ਉਹਦਾ ਹੱਥ ਉਹਦੇ ਵਿੱਚ ਫਸ ਗਿਆ ਹੋਣ ਉਤਤ ਚੰਨੇ ਤੇ ਅੱਗੇ ਨਹੀਂ ਗਏ ਜੇ ਉਹ ਛੋਲੇ ਤੇ ਅਗਣ ਦੀ ਅੰਦਰ ਤਿਆਗ ਹੁੰਦਾ ਉਹਦੇ ਅੰਦਰ ਤਾਂ ਬੰਦਰ ਗੁਲਾਮ ਨਹੀਂ ਸੀ ਹੋਣਾ ਉਹਦੇ ਕੋਲੋਂ ਮੁੱਠੀ ਭਰੀ ਹੋਈ ਚੰਨੇ ਤੇ ਅੱਗੇ ਨਹੀਂ ਗਏ ਨਾ ਉਹ ਛੋਲੇ ਛੱਡਦਾ ਨਾ ਉਹ ਘੜਾ ਉਹਨੂੰ ਛੱਡ ਰਿਹਾ ਸ਼ਿਕਾਰੀ ਆਇਆ ਉਹਨੇ ਆ ਕੇ ਬੰਦਰ ਦੇ ਗਲ ਵਿੱਚ ਰੱਸੀ ਪਾ ਲਈ ਹੁਣ ਹੱਥ ਵਿੱਚ ਡੰਡਾ ਪਕੜਿਆ ਇੱਕ ਤੇ ਬੰਦਰ ਨੂੰ ਅੱਧਾ ਭੁੱਖਾ ਰੱਖਦਾ ਰੋਜ਼ ਦੂਜਾ ਦਰਦਰ ਤੇ ਨਚਾਉਂਦਾ ਲੋਕਾਂ ਦੇ ਸਾਹਮਣੇ ਤੇ ਪੈਸੇ ਵਟਦਾ ਕਹਿੰਦੇ ਜਿਹੜਾ ਬੰਦਰ ਆਜ਼ਾਦ ਸੀ ਪੂਰੇ ਜੰਗਲ ਵਿੱਚ ਕਦੇ ਕਿਸੇ ਟਾਣੀ ਤੇ ਕਦੇ ਕਿਸੇ ਟਾਣੀ ਤੇ ਕਦੇ ਕਿਸੇ ਤਰ੍ਹਾਂ ਦਾ ਫਲ ਖਾਂਦਾ ਸੀ ਕਦੇ ਕਿਹੋ ਜਿਹਾ ਫਲ ਹੁਣ ਉਹ ਸ਼ਿਕਾਰੀ ਦਾ ਗੁਲਾਮ ਹੋ ਗਿਆ ਹੁਣ ਉਹਨੂੰ ਡੰਡੇ ਨਾਲ ਨਚਾਉਂਦਾ ਦਰਦਰ ਉੱਤੇ ਲੋਕਾਂ ਦੇ ਬੰਦਰ ਨੂੰ ਨੱਚਣਾ ਪੈਂਦਾ ਭਾਈ ਕਿਉਂ ਸਬਰ ਨਹੀਂ ਆਇਆ ਉਹਦੇ ਮਨ 'ਚ ਔਰ ਦੋ ਨੰਬਰ ਤੇ ਉਹਦੇ ਅੰਦਰ ਤਿਆਗ ਨਹੀਂ ਪੈਦਾ ਹੋਇਆ ਅਤਿਸ਼ ਨੇ ਬੰਨੀ ਅੰਦਰ ਬਚਨ ਗਏ ਕਹਿੰਦੇ ਮਰਕਟ ਮੁਸਟੀ ਅਨਾਜ ਕੀ ਮਰਕਟ ਕਹਿੰਦੇ ਬੰਦਰ ਨੂੰ ਮੁਸਟੀ ਕਹਿੰਦੇ ਉਹਨੇ ਮੁਠੀ ਭਰ ਲਈ ਅਨਾਜ ਦੀ ਚੰਨਿਆਂ ਦੀ ਮਰਕਟ ਮੁਸਟੀ ਅਨਾਜ ਕੀ ਮਨ ਬੋਰਾ ਰੇ ਲਿਨੀ ਹੱਥ ਪਸਾਰ ਛਟਨ ਕੋ ਸੈ ਸਾ ਪਰਿਆ ਮਨ ਬੋਰਾ ਰੇ ਨੱਚੋ ਘਰ ਕਰਵਾਰ ਉਹਦੇ ਅੰਦਰ ਸ਼ੰਕਾ ਆ ਗਿਆ ਜਿਵੇਂ ਹੱਥ ਛੱਡ ਦਿੱਤਾ ਮੈਂ ਖਾਵਾਂਗਾ ਕੀ ਉਹ ਗੁਲਾਮ ਹੋ ਗਿਆ ਦਾ ਕਹਿੰਦੇ ਉਹ ਮਾਰਕਟ ਮੋਸਤੀ ਨਾਜ ਕੀ ਮਨ ਬੋਰਾ ਨੇ ਲਿਨੀ ਹੱਥ ਪਸਾਰ ਛੁੱਟਣ ਕੋ ਸੈਸਾ ਪਰਿਆ ਮਨ ਅੰਦਰ ਸ਼ੰਕਾ ਰਹਿ ਗਿਆ ਇਹ ਤੋਂ ਮੈਂ ਕੀ ਕਰਾਂਗਾ ਜਿਵੇਂ ਹੱਥ ਛੱਡ ਦਿੱਤਾ ਖਾਵਾਂਗਾ ਕੀ ਉਹ ਗੁਲਾਮ ਹੋ ਗਿਆ ਇਸੇ ਤਰ੍ਹਾਂ ਆਪਣੇ ਮਨ ਦੀ ਹਾਲਤ ਹੈ ਔਗਣ ਮਨ ਵਿੱਚ ਆਉਂਦੇ ਰਹਿੰਦੇ ਨੇ ਵਿਚਾਰਾਂ ਮਨ ਨੂੰ ਗੁਲਾਮ ਹੋਣਾ ਇਹ ਮਨ ਤੇ ਫਸ ਜਾਂਦਾ ਮਨੋਂ ਦੀ ਆਦਤ ਨਹੀਂ ਹੋਣੀ ਚਾਹੀਦੀ ਬਹੁਤ ਸਾਰੀਆਂ ਚੀਜ਼ਾਂ ਇਦਾਂ ਨਹੀਂ ਤੁਸੀਂ ਪੜੇ ਲਿਖੇ ਬੈਠੇ ਹੋ ਵਿੱਚ ਬੱਚੇ ਪੜਦੇ ਨੇ ਇਹ ਸਾਧ ਸੰਗਤ ਇੱਕ ਹੁਣ ਰੌਲਾ ਪਿਆ ਹੋਇਆ ਹੈ ਨਾ ਮਾਈਂਡ ਰੀਡ ਕਰਨੀ ਇੱਕ ਵਿਦਿਆ ਹੈ ਇੱਕ ਗਿਆਨ ਹੈ ਇੱਕ ਨੋਲਜ ਹੈ ਇੱਕ ਐਜੂਕੇਸ਼ਨ ਹੈ ਜਿਹਨੂੰ ਮਾਈਂਡ ਸਾਇਕਲ ਕਹਣਗੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਵਿਦਿਆਰਥੀ ਨੇ ਸਕਾਲਜੀ ਦੇ ਉਹਨਾਂ ਨੂੰ ਪਤਾ ਹੈ ਮਨ ਬਹੁਤ ਚੀਜ਼ਾਂ ਦਾ ਅਧੀ ਹੋ ਜਾਂਦਾ ਉਹਨੂੰ ਭੁਲੱਖਾ ਲੱਗਦਾ ਪਰ ਉਹ ਆਦਤ ਹੁੰਦੀ ਹੈ ਉਹਨੂੰ ਹੋਰ ਨਹੀਂ ਕੁਝ ਕਹਿ ਸਕਦੇ ਬਹੁਤ ਲੋਕੋ ਨੂੰ ਦੂਜਾ ਹੋਰ ਕਈ ਨਾਮ ਦੇ ਦਿੰਦੇ ਪਰ ਉਹ ਚੀਜ਼ ਦੀ ਉਹਨੂੰ ਆਦਤ ਹੁੰਦੀ ਹੈ ਉਹਨੂੰ ਹੋਰ ਨਹੀਂ ਕੋਈ ਨਾਮ ਦਿੱਤਾ ਜਾ ਸਕਦਾ ਮਨ ਉਹਦਾ ਆਦੀ ਹੋ ਜਾਂਦਾ ਔਰ ਪਾਤਸ਼ਾਹ ਨੇ ਬਾਣੀ ਅੰਦਰ ਵਜਨ ਗਏ ਐਦਾਂ ਮਨ ਬੋਰਾ ਹੈ ਉਹ ਬੰਦਰ ਦੀ ਤਰ੍ਹਾਂ ਗੁਲਾਮ ਹੋ ਜਾਂਦਾ ਉਹ ਬਣਾ ਮਾਰੇ ਫਿਰ ਕੀ ਕਰਨਾ ਚਾਹੀਦਾ ਕਹਿੰਦੇ ਜੇ ਤੂੰ ਚਾਹੁੰਦਾ ਹੈ ਗੁਲਾਮ ਨਾ ਹੋਵੇ ਤੇਰੇ ਅੰਦਰ ਸਤ ਸੰਤੋਖ ਦੀ ਵਿਚਾਰ ਸ਼ੁਰੂ ਹੋ ਜਾਏ ਫਿਰ ਇੱਕ ਕੰਮ ਹੋਰ ਕਰ ਗੁਰੂ ਦੇ ਇਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਥਾਲ ਵਿੱਚ ਇੱਕ ਚੀਜ਼ ਹੋਰ ਹੈ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਪੜੋ ਅੰਮ੍ਰਿਤ ਨਾਮ ਆਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ ਅੰਮ੍ਰਿਤ ਉਹ ਵੀ ਇਹਦੇ ਵਿੱਚ ਪਿਆ ਹੈ ਜੇ ਕਿਸੇ ਚੀਜ਼ ਦੀ ਤੈਨੂੰ ਆਦਤ ਪੈ ਰਹੀ ਹੈ ਜੇ ਕਿਸੇ ਚੀਜ਼ ਦਾ ਤੂੰ ਗੁਲਾਮ ਹੋ ਰਿਹਾ ਹੈ ਜੇ ਤੇਰੇ ਅੰਦਰ ਸਬਰ ਨਹੀਂ ਹੈ ਸੰਤੋਖ ਨਹੀਂ ਮਨ ਰਿਹਾ ਫਿਰ ਰੋਜ਼ ਉਸ ਅੰਮ੍ਰਿਤ ਨਾਮ ਨੂੰ ਜਪਣਾ ਸ਼ੁਰੂ ਕਰ ਸਤ ਨਾਮ ਸ੍ਰੀ ਵਾਹਿਗੁਰੂ 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 ਅਦਤ ਛੁੱਟ ਜਾਏਗੀ ਉਹ ਅਦਤ ਛੁੱਟ ਜਾਏਗੀ ਜਿਵੇਂ ਕੋਈ ਰੋਗ ਹੈ ਤਾਂ ਡਾਕਟਰ ਕੋਲ ਜਾਈਦਾ ਡਾਕਟਰ ਦਿੰਦਾ ਦਵਾਈ ਉਹ ਕਹਿੰਦਾ ਇੰਨਾ ਹੱਟ ਤਾਂ ਜਾਣਾ ਪਰ ਨਾਲ ਤੈਨੂੰ ਪਰਹੇਜ਼ ਰੱਖਣਾ ਪੈਣਾ ਐਦਾਂ ਦਾ ਕੋਈ ਡਾਕਟਰ ਨਹੀਂ ਜਿਹੜਾ ਸ਼ੂਗਰ ਦੀ ਦਵਾਈ ਦੇ ਕੇ ਕਹਵੇ ਹੁਣ ਗੁਲਾਬ ਜੰਮਣ ਖਾਈ ਜਾਓ ਹੈ ਕੋਈ ਅਜਿਹਾ ਡਾਕਟਰ ਜਿਹੜਾ ਬੀਪੀ ਦੀ ਦਵਾਈ ਦੇ ਕੇ ਕਵੇ ਰੱਜ ਕੇ ਪਕੌੜੇ ਖਾ। ਇਦਾਂ ਦਾ ਕੋਈ ਵੀ ਨਹੀਂ ਡਾਕਟਰ। ਜੇ ਕੋਈ ਇਸ ਤਰ੍ਹਾਂ ਕਹਿ ਰਿਹਾ ਫਿਰ ਧੋਖਾ ਕਰ ਰਿਹਾ। ਜੇ ਕੋਈ ਬੰਦੇ ਇਸ ਤਰ੍ਹਾਂ ਖਾ ਰਹੇ ਨੇ ਉਹ ਆਪਣੇ ਆਪ ਨਾਲ ਧੋਖਾ ਕਰ ਰਹੇ ਨੇ। ਬਾਦਸ਼ਾਹ ਬਚਨ ਕਹੇ ਭਾਈ ਤੈਨੂੰ ਗੁਰੂ ਨੇ ਦਵਾਈ ਦੇ ਦੇਣੀ ਹੈ। ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸਾਧਾਰੋ ਪਰ ਸ਼ਰਤ ਇਹ ਕੋ ਦਵਾਈ ਤੈਨੂੰ ਪਚਣੀ ਚਾਹੀਦੀ ਹੈ ਕਿਉਂਕਿ ਖਾਧੀ ਹੋਈ ਦਵਾਈ ਪਚੇ ਫਿਰ ਅਸਰ ਕਰਦੀ ਕਈ ਵਾਰ ਛੋਟਾ ਬੱਚਾ ਉਹਨੂੰ ਦਵਾਈ ਦੇਈਦੀ ਉਹ ਫਿਰ ਮੌਂਟਿੰਗ ਕਰ ਦਿੰਦਾ ਉਲਟੀ ਕਰ ਦਿੰਦਾ ਤਾਂ ਉਹਦਾ ਅਸਰ ਹੀ ਨਹੀਂ ਹੁੰਦਾ ਬਾਅਦਸ਼ੇ ਕਹਿੰਦੇ ਭਾਈ ਖਾਧੀ ਹੋਈ ਦਵਾਈ ਜਪਿਆ ਹੋਇਆ ਨਾਮ ਪੜਿਆ ਹੋਇਆ ਪਾਠ ਤੇਰੇ ਅੰਦਰ ਵਸ ਜਾਏ ਤੂੰ ਲੋਕਾਂ ਨੂੰ ਦੱਸਦਾ ਨਾ ਫਿਰ ਮੈਂ ਇੰਨੇ ਪਾਠ ਕੀਤੇ ਲੋਕਾਂ ਨੂੰ ਕਹਿੰਦਾ ਨਾ ਫਿਰ ਮੈਂ ਇੰਨਾ ਪਾਠ ਕਰਦਾ ਲੋਕਾਂ ਨੂੰ ਵਿਖਾਵਾ ਨਾ ਕਰਦਾ ਫਿਰੇ ਮੈਂ ਪਾਠ ਕੀਤਾ। ਇਸ ਲਈ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰ ਉਹਨਾਂ ਅਗਣਾਂ ਤੋਂ ਤੇਰਾ ਉਧਾਰ ਹੋ ਜਾਣਾ। ਜੇ ਤੈਨੂੰ ਦੁਹਾਈ ਪਜਣ ਲੱਗ ਪਈਂ ਰੋਜ਼ ਜਪ ਸਤਨਾਮ ਸ੍ਰੀ ਵਾਹਿਗੁਰੂ ਐਵਰੀ ਡੇ ਹਰ ਰੋਜ਼ ਤੈਨੂੰ ਇਹ ਜਪਣਾ ਪੈਣਾ। ਇੱਕ ਵਾਰ ਆਖੋ ਸਤਨਾਮ ਸ੍ਰੀ ਫਿਰ ਆਖੋ ਵਾਹਿਗੁਰੂ 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 ਇੱਕ ਨੁਕਤਾ ਹੋਰ ਤੁਸੀਂ ਪੜ੍ਹੇ ਲਿਖੇ ਬੈਠੇ ਹੋ ਕੋਈ ਚੀਜ਼ ਡਿਲੀਟ ਕਰਨੀ ਹੋਵੇ ਉਹ ਮੋਬਾਈਲ ਦੀ ਸਕਰੀਨ ਤੇ ਲਈਦੀ ਹੈ ਉਹਨੂੰ ਟੱਚ ਕਰੋ ਤੁਥੇ অপਸ਼ਨ ਆਉਂਦਾ ਕੈਨਸਲ ਜਾਂ ਡਿਲੀਟ ਤੁਸੀਂ ਡਿਲੀਟ ਕਰ ਵੀ ਦਿੱਤੀ ਤਾਂ ਹੀ ਬੜੀ ਹੈਰਾਨਗੀ ਵਾਲੀ ਗੱਲ ਹੈ ਮੋਬਾਈਲ ਵਿੱਚੋਂ ਫਿਰ ਵੀ ਡਿਲੀਟ ਨਹੀਂ ਹੁੰਦੀ। ਆਪਾਂ ਬਾਹਰੋਂ ਕਹਿ ਦਿੱਤਾ ਮੈਂ ਛੱਡ ਦਿੱਤਾ ਉਹ ਗਣ। ਫਿਰ ਵੀ ਨਹੀਂ ਛੁੱਟਿਆ। ਕਹਿ ਦਿੱਤਾ ਵੀ ਹੁਣ ਨਹੀਂ ਇਸ ਤਰ੍ਹਾਂ ਕਰਨਾ। ਫਿਰ ਵੀ ਸੁਰਤੀ ਚੋਂ ਨਹੀਂ ਗਿਆ। ਬਾਹਰੋਂ ਸ਼ਬਦਾਂ ਚੋਂ ਕਹਿ ਦਿੱਤਾ ਸੁਰਤੀ ਵਿੱਚ ਰਹਿ ਗਿਆ। ਪਤਾ ਕਿਉਂ? ਇਹ ਮੈਂ ਹੁਣ ਵੇਖਿਆ ਮੈਨੂੰ ਥੋੜੀ ਨੌਲੇਜ ਮਿਲੀ। ਤੁਸੀਂ ਤਾਂ ਜਿਹੜੇ ਜ਼ਿਆਦਾ ਮੋਬਾਈਲ ਚਲਾਉਂਦੇ ਤੁਹਾਨੂੰ ਪਤਾ ਹੈ ਤੁਸੀਂ ਮੋਬਾਈਲ 'ਚ ਨਾ ਕਿਸੇ ਦਾ WhatsApp ਮੈਸੇਜ ਡਿਲੀਟ ਕਰਦੇ ਹੋ ਜੋ ਤੁਹਾਡੇ ਕੋਲ ਦੇ ਵਿੱਚੋਂ ਡਿਲੀਟ ਕਰਨਾ ਚਾਹੁੰਦੇ ਹੋ ਨਾ ਉਹ ਜਹੱਕੇ ਗੈਲਰੀ ਵਿੱਚੋਂ ਡਿਲੀਟ ਕਰਦੇ ਹੋ ਫੋਟੋ ਫਿਰ ਵੀ ਡਿਲੀਟ ਨਹੀਂ ਹੁੰਦੀ ਉਹਦੇ ਵਿੱਚ ਜਦੋਂ ਤੁਸੀਂ ਫੋਟੋ ਐਲਬਮ ਦੇ ਨਾਲ ਅੱਗੇ ਰੀਸੈਂਟਲੀ ਤੇ ਜਾਓਗੇ ਨਾ ਉਹਦੇ ਵਿੱਚ ਫਿਰ ਸੇਵ ਹੋਈ ਹੁੰਦੀ ਹੈ ਉੱਥੋਂ ਡਿਲੀਟ ਹੋ ਗਈ ਪਰ ਰੀਸੈਂਟਲੀ ਵਿੱਚ ਇੱਕ ਥਾਂ ਤੇ ਹੋਰ ਉਹ ਸੇਵ ਪਈ ਹੈ ਜਿਹਨੂੰ ਨਹੀਂ ਪਤਾ ਉਹ ਮੋਬਾਈਲ ਦੀ ਨੌਲੇਜ ਰੱਖਣ ਵਾਲੇ ਤੁਹਾਨੂੰ ਕੱਢ ਕੇ ਦਿਖਾ ਦੇਣੇ ਤੁਸੀਂ ਡਿਲੀਟ ਕਰਤੀ ਪਰ ਵਿੱਚ ਹੈ ਐਦਾਂ ਬਾਹਰੋਂ ਕਹਿ ਦਿੱਤਾ ਮੈਂ ਛੱਡਿਆ ਮੈਂ ਆਪ ਕੋਈ ਕੀਤਾ ਬਾਹਰੋਂ ਕਹਿ ਰਹੇ ਜ਼ੁਬਾਨ ਤੋਂ ਅੰਦਰੋਂ ਸੁਰਤੀ ਵਿੱਚੋਂ ਨਹੀਂ ਜਾਂਦਾ ਫਿਰ ਜੇ ਉਹ ਵੀ ਮਟਾਉਣੇ ਤਾਂ ਫਿਰ ਰੀਸੈਂਟਲੀ ਐਲਬਮ ਵਿੱਚ ਜਾਣਾ ਪੈਂਦਾ ਉੱਥੋਂ ਕੱਢ ਕੇ ਉਹਨੂੰ ਡਿਲੀਟ ਕਰੋ ਫਿਰ ਨਹੀਂ ਉਹ ਦੁਬਾਰਾ ਮੋਬਾਈਲ 'ਚ ਸ਼ੋ ਹੋਏਗਾ ਇਹ ਜੋ ਚੀਜ਼ ਸੁਰਤੀ ਵਿੱਚ ਹੈ ਜੇ ਆਪਾਂ ਕਿੰਨੇ ਉਹ ਦੁਬਾਰਾ ਨਾ ਫਿਰ ਹੋਵੇ ਫਿਰ ਬਾਦਸ਼ਾਹ ਕਹਿੰਦੇ ਸੁਰਤ ਟਕਾ ਤੇ ਜੱਪੇ ਹੋਏ ਨਾਮ ਨੂੰ ਐ ਸਾਹਮਣੇ ਲਿਆ ਕੇ ਨਾ ਉਹ ਖਿਆਲ ਵਿੱਚ ਕਹਿ ਵਾਹਿਗੁਰੂ 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 ਮਿਟ ਜਾਏਗਾ ਤੁਹਾਡਾ ਵਿਹਾਸ ਰਹਿਣਾ ਜੇ ਕੋਈ ਗੱਲ ਤੁਹਾਨੂੰ ਬਹੁਤ ਤੰਗ ਕਰ ਰਹੀ ਹੈ ਮੈਂ ਤਾਂ ਵਿਹਾਸ ਕੀਤਾ ਕਿਉਂਕਿ ਅਸੀਂ ਵੀ ਕਿਉਂਕਿ ਸਮਾਰਗ ਉੱਤੇ ਤੁਰੇ ਹੋਇਆ ਸਾਨੂੰ ਵੀ ਸੰਸਾਰੀ ਗ੍ਰਸਤੀ ਲੋਕਾਂ ਸਾਨੂੰ ਵੀ ਮੁਸ਼ਕਲਾਂ ਆਉਂਦੀਆਂ ਨੇ ਜਿਹੜੀ ਚੀਜ਼ ਨੂੰ ਵਾਰ-ਵਾਰ ਸੋਚੀ ਜੋ ਸੋਚੀ ਜੋ ਤੁਹਾਨੂੰ ਸੁਪਨਿਆਂ 'ਚ ਡਰਾਉਣ ਲੱਗ ਪੈਂਦੀ ਤੁਹਾਡਾ ਸੁਪਨਾ ਬਣ ਜਾਂਦਾ ਤੁਹਾਡੀ ਨੀਂਦ ਘਟ ਜਾਂਦੀ ਹੈ ਹਰ ਕੰਮ ਵਿੱਚ ਤੁਸੀਂ ਸ਼ਰੀਰ ਕਰਕੇ ਤੁਰੇ ਫਿਰਦੇ ਹੋ ਪਰ ਸੁਰਤੀ ਵਿੱਚ ਉਹੀ ਚੱਲ ਰਿਹਾ ਚੱਕਰ ਉਹਨੂੰ ਡਿਲੀਟ ਕਰਨ ਲਈ ਇੱਕ ਤਾਂ ਬੋਲ ਕੇ ਜਪਣਾ ਪੈਣਾ ਵਾਹਿਗੁਰੂ ਵਾਹਿਗੁਰੂ ਤੇ ਦੂਜਾ ਉਹਨੂੰ ਫਿਰ ਜੜੋਂ ਕੱਢਣਾ ਪੈਂਦਾ ਉਹਨੂੰ ਭਲਾਉਣਾ ਪੈਂਦਾ ਪਰ ਲਗਾਤਾਰ ਉਹ ਦਵਾਈ ਖਾਣੀ ਪੈਂਦੀ ਪਾਤਸ਼ਾਹ ਨੇ ਬਚਨ ਕਹੇ ਜੇ ਕੋ ਖਾਵੇ ਜੇ ਕੋ ਪੁੰਚੇ ਕਿਸੇ ਨੂੰ ਪਜ ਜਵੇ ਦਵਾਈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨੈ ਜਾਈ ਨਿਤ ਨਿਤ ਰੱਖ ਹੁਰ ਪੜੋਤਮ ਸੰਸਾਰ ਚਰਨ ਲਗਤ ਰੀ ਸਬ ਨਾਨਕ ਬ੍ਰਹਮ ਪਸਾਰੋ ਮਹਾਰਾਜ ਕਿਵੇਂ ਹੋਵੇ ਕਹਿੰਦੇ ਫਿਰ ਅਰਦਾਸ ਕਰੀ ਸ਼ਲੋਕ ਮਹੱਲਾ 5ਵਾਂ ਇਹ ਤੋਂ ਬਾਅਦ ਆਉਣਾ ਹੁਣ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਪੜੋਂਗਾ ਜੇ ਤੇਰਾ ਕੀਤਾ ਜਾਤੋ ਨਹੀਂ ਅੱਛਾ ਤੁਸੀਂ ਬਾਣੀ ਘੱਟ ਪੜਨ ਲੱਗ ਪਏ ਅੱਗੇ ਕਿਵੇਂ ਗੱਜ ਕੇ ਬੋਲਦੇ ਸੀ ਫਿਰ ਬੋਲੋ ਤੇਰਾ ਕੀਤਾ ਜਾਤੋ ਨਹੀਂ ਮੈਨੋ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਤਰਸ ਪਿਆ ਮੇ ਰਾਮਤ ਹੋਈ ਸਤ ਗੁਰ ਸਜਣ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਫਿਰ ਬਾਦਸ਼ਾਹ ਦੇ ਨਾਮ ਦੇ ਆਸਰੇ ਜੀਣਾ ਪੈਣਾ ਸਾਧ ਸੰਗਤ ਇੱਕ ਸਾਈਕੋਲੋਜੀ ਅਫੈਕਟ ਹੈ ਤੁਸੀਂ ਸਵੇਰੇ ਕੋਈ ਰੋਗੀ ਬੰਦਾ ਉਹਨੇ ਗੋਲੀ ਖਾ ਲਈ ਬੀਪੀ ਦੀ ਅੱਛਾ ਦਿਨੇ ਉਹਦੇ ਕੋਲੋਂ ਕੋਈ ਪਕੌੜੇ ਖਾਦੇ ਗਿਆ ਕਿਤੇ ਵਿਆਹ ਸ਼ਾਦੀ ਤੇ ਬਰੈਡ ਖਾਦਾ ਗਿਆ ਜੇ ਤ ਉਹਨੇ ਗੋਲੀ ਖਾਦੀ ਹੈ ਤਾਂ ਉਹ ਉਹਦੇ ਮਨ 'ਚ ਹੁੰਦਾ ਮੈਂ ਗੋਲੀ ਖਾਦੀ ਹੋਈ ਹੈ ਬੀਪੀ ਨਹੀਂ ਵਧਣਾ ਜੇ ਖਾਣ ਤੋਂ ਬਾਅਦ ਇਹ ਚਿੱਤ ਜਾਗਿਆ ਨਵੇਂ ਅੱਜ ਗੋਲੀ ਨਹੀਂ ਖਾਦੀ ਉਹਨੇ ਵਧਣੇ ਵਧਣੇ ਅੱਛਾ ਗੋਲੀ ਦਾ ਧਿਆਨ ਹੀ ਨਾ ਆਵੇ ਵੇ ਖਾਦੀ ਹੈ ਕਿ ਨਹੀਂ ਖਾਦੀ ਤੁਹਾਡਾ ਖਾਧਾ ਹੋਇਆ ਭੋਜਨ ਤੁਹਾਡੇ ਤੇ ਅਸਰ ਨਹੀਂ ਕਰੇਗਾ ਕਦੋਂ ਵਧਣੇ ਜਦੋਂ ਧਿਆਨ ਚ ਆਏ ਹਾਏ ਮੈਂ ਤਾਂ ਗੋਲੀ ਨਹੀਂ ਖਾਦੀ ਹੁਣ ਵਧਣਾ ਜ਼ਿਆਦਾ ਫਿਰ ਜੇ ਉਹ ਚਿੱਤ ਵਿੱਚ ਨਾ ਆਵੇ ਫਿਰ ਨਹੀਂ ਵਧਣਾ ਪਾਤਸ਼ਾਹ ਨੇ ਵਜਨ ਕਹੇ ਸਭ ਕੋਈ ਸੁਰਤੀ ਤੇ ਇਸੇ ਤਰ੍ਹਾਂ ਅੰਦਰ ਦੇ ਰੋਗ ਨੇ ਭਾਈ ਜੇ ਤੂੰ ਗੁਰੂ ਅੱਗੇ ਅਰਦਾਸ ਕਰੇ ਗੁਰੂ ਦਾ ਦਿੱਤਾ ਹੋਇਆ ਨਾਮ ਜਪਣ ਲੱਗ ਜਾਏ ਇਹ ਤੇਰੀ ਸੁਰਤੀ ਵਿੱਚ ਰਵੇ ਅੱਜ ਮੈਂ ਨਾਮ ਜਪਿਆ ਹੋਇਆ ਤੇਰੇ ਉੱਤੇ ਕਿਸੇ ਚੀਜ਼ ਦਾ ਅਸਰ ਨਹੀਂ ਹੋਇਆ ਤੇਰੀ ਸੁਰਤ ਵਿੱਚ ਹੀ ਯਾਤ ਰਵੇ ਗੁਰੂ ਦਾ ਨਾਮ ਫਿਰ ਭਾਈ ਤੇਰੇ ਉੱਤੇ ਨਾਂ ਚੀਜ਼ਾਂ ਦਾ ਅਸਰ ਨਹੀਂ ਹੋਏਗਾ ਉਹਦੇ ਵਾਸਤੇ ਅਰਦਾਸ ਕਰੀ ਜਾਏ ਗੁਰੂ ਅੱਗੇ ਮਹਾਰਾਜ ਕਿਰਪਾ ਕਰੋ ਮੈਂ ਨਿਰਗੁਣਿਆ ਰੇ ਕੋਈ ਗੁਣ ਨਹੀਂ ਆਪੇ ਤਰਸ ਪਿਓਈ ਪੜੋ ਮੈਂ ਨਿਰਗੁਣਿਆ ਰੇ ਅਪ ਤਰਸਬ ਤਰਸ ਪਿਆ ਮਹਿਰਾਮ ਤੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵ ਨਾਮ ਮਿਲੇ ਤਾਂ ਜੀਵਾ ਨਨਕ ਨਾਮ ਮਿਲੇ ਤਾ ਜੀ ਨਾਮ ਨਨਕ ਨਾਮ ਮਿਲੇ ਤਾ ਜੀ ਨਾਮ ਮਿਲੇ ਗਜ ਕੇ ਨਾਮ ਮਿਲੇ ਨਾਨਕ ਨਾਮ ਮਿਲੇ ਤਾ ਜੀਵ ਨਾਨਕ ਨਾਮ ਮਿਲੇ ਤਾ ਜੀਵ ਨਾਨਕ ਨਾਮ ਨਾਨਕ ਨਾਮ ਤਨ ਮਨ ਥੀਵੇ ਹਰੇ ਤਨ ਮਨ ਥੀਵੇ ਗੱਜ ਕੇ ਤਨ ਮਨ ਥੀਵੇ ਹਰੇ ਆ ਤਨ ਮਨ ਹਰੇ ਆ ਆਖੋ ਸਤਨਾਮ ਸ੍ਰੀ ਜੇ ਨਾਮ ਜਪਣ ਲੱਗ ਪਏ ਕਿਦੇ ਉੱਤੇ ਅਸਰ ਹੋਣਾ ਤਨ ਤੇ ਵੀ ਤੇ ਮਨ ਉੱਤੇ ਵੀ ਇਹਨੂੰ ਮਹਾਰਾਜ ਨੇ ਕਿਹਾ ਕ੍ਰਿਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗ ਕੋਟ ਬਿਗਨ ਲਾਥੇ ਟਟੇ ਭਲੇ ਸੰਜੋਗ ਤਨ ਦੇ ਰੋਗ ਵੀ ਮਨ ਦੇ ਰੋਗ ਵੀ ਤਨ ਵੀ ਹਰਿਆ ਮਨ ਵੀ ਹਰਿਆ ਤੁਮ ਚੀਜ਼ਾਂ ਤੇ ਅਸਰ ਹੋਣਾ ਸਾਹ ਸੰਗਤ ਹਰ ਕੋ ਬੰਦਾ ਚਾਹੁੰਦਾ ਮੇਰਾ ਮਨ ਵੀ ਸੁਖੀ ਹੋਵੇ ਤਨ ਵੀ ਸੁਖੀ ਹੋਵੇ ਪਰ ਉਹ ਤਨ ਉਤੇ ਜੋ ਸਾਡੇ ਮਨ ਵਿੱਚ ਹੈ ਉਹਦਾ ਅਸਰ ਤਨ ਤੇ ਹੋਣਾ ਹੀ ਹੋਣਾ ਹੈ ਜੇ ਮਨ ਸ਼ਾਂਤ ਹੈ ਸਰੀਰ ਦਾ ਕੋਈ ਬੀਪੀ ਨਹੀਂ ਵਧੇਗਾ ਤੁਸੀਂ ਠੀਕ ਰਹੋਗੇ ਕਈ ਕਈ ਦਿਨ ਤੁਹਾਨੂੰ ਭੁੱਲ ਜਾਣਾ ਦਵਾਈ ਖਾਣੀ ਵੀ ਭੁੱਲ ਜਾਣੀ ਬਹੁਤ ਸਰੀਆਂ ਸੰਗਤਾਂ ਤੁਸੀਂ ਕਦੇ ਹਜ਼ੂਰ ਸਾਹਿਬ ਜਾਓ ਨਾ ਉੱਥੇ ਬਹੁਤ ਲੋਕਾਂ ਨੂੰ ਦਵਾਈ ਖਾਣੀ ਭੁੱਲ ਜਾਂਦੀ ਹੈ ਪਤਾ ਕਿਉਂ ਸੰਕੜੇ ਮੀਲ ਦੂਰ ਚਲੇਗਾ ਘਰ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪਹੁੰਚ ਗਏ ਉੱਥੇ ਮਨ ਨੂੰ ਅਨੰਦ ਹੀ ਅਨ ਆ ਜਾਂਦਾ ਹੈ ਕਿ ਤਨ ਵਾਸਤੇ ਲੋੜ ਹੀ ਨਹੀਂ ਪੈਂਦੀ ਦਵਾਈ ਤਨ ਨੂੰ ਉਦੋਂ ਲੋੜ ਹੈ ਦਵਾਈ ਦੀ ਰੋਗਾਂ ਦਾ ਉਦੋਂ ਅਫੈਕਟ ਪੈਂਦਾ ਜਦੋਂ ਮਨ ਚਿੰਤਾ ਵਿੱਚ ਹੈ ਮਨ ਪਰੇਸ਼ਾਨੀ ਵਿੱਚ ਹੈ ਮਨ ਦੁਖੀ ਹੈ ਜਦੋਂ ਮਨ ਆਨੰਦਤ ਹੈ ਤੁਹਾਨੂੰ ਲੋੜ ਹੀ ਨਹੀਂ ਪੈਣੀ ਦਵਾਈ ਕਦੇ ਘਰ ਵਿੱਚ ਵਿਆਹ ਸ਼ਾਦੀ ਹੋਵੇ ਕਈਆਂ ਨੂੰ ਦਵਾਈ ਖਾਣੀ ਭੁੱਲ ਜਾਂਦੀ ਹੈ ਕਿਉਂ ਭਾਈ ਮਨ ਕਿਸੇ ਖੁਸ਼ੀ ਵਿੱਚ ਹੈ ਮਨ ਆਨੰਦ ਵਿੱਚ ਹੈ ਜੇ ਮਨ ਕਿਸੇ ਖੁਸ਼ੀ ਵਿੱਚ ਆਇਆ ਹੋਇਆ ਤੁਹਾਨੂੰ ਤੇ ਅਸਰ ਹੀ ਨਹੀਂ ਹੋ ਰਿਹਾ ਇਸ ਲਈ ਮਹਾਰਾਜ ਕਹਿੰਦੇ ਮੰਨ ਕਰਕੇ ਜੱਬ ਇਹ ਮਨ ਮੇਰਿਆ ਪੜੋ ਤੂੰ ਸਦਾ ਰਹੁ ਹਰ ਨਾਲੇ ਇਹ ਮਨ ਮੇਰਿਆ ਤੂੰ ਹਰ ਨਾਲ ਰਹੋ ਤੂੰ ਮਨ ਮੇਰੇ ਹਰ ਨਾਲ ਰਹੋ ਤੂੰ ਮਹਾਰਾਜ ਫਿਰ ਕੀ ਹੋਏਗਾ ਕਹਿੰਦੇ ਦੁੱਖ ਸਭ ਵਿਸਾਰਣਾ ਤੈਨੂੰ ਸਾਰੇ ਦੁੱਖ ਭੁੱਲ ਜਾਣੇ ਦੁੱਖ ਸਭ ਵਿਸਾਰਣਾ ਦਾ ਅਰਥ ਹੈ ਤੈਨੂੰ ਸਾਰੇ ਦੁੱਖ ਵਿਸਰ ਜਾਣੇ ਭੁੱਲ ਜਾਣੇ ਕਿਉਂ ਤੇਰਾ ਮਨ ਜਪਣ ਲੱਗ ਪਿਆ ਸਤਨਾਮ ਸ੍ਰੀ ਵਾਹਿਗੁਰੂ 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 ਮਨ ਦਾ ਅਸਰ ਤੁਹਾਡੇ ਤੇ ਵੀ ਹੋਣਾ ਔਰ ਤੁਹਾਡਾ ਅਸਰ ਦੂਜਿਆਂ ਤੇ ਵੀ ਹੁੰਦਾ ਜੇ ਗੁੰਡੀ ਮਾੜੇ ਤੁਹਾਡੇ ਘਰ ਉੱਤੇ ਵੀ ਅਸਰ ਹੋਣ ਲੱਗ ਪੈਣਾ ਜੇ ਘਰ ਵਿੱਚ ਇੱਕ ਜੀ ਮਾੜਾ ਆ ਜਾਏ ਨਾ ਸਾਰੇ ਉੱਤੇ ਅਸਰ ਹੋਣ ਲੱਗ ਪੈਣਾ ਹੋਰ ਤੇ ਹੋਰ ਛੱਡੋ ਇੱਕ ਮਾਈ ਦਾ ਮੈਨੂੰ ਫੋਨ ਆਇਆ ਕਹਿੰਦੀ ਭਾਈ ਸਾਹਿਬ ਜੀ ਅਸੀਂ ਕੱਕੇ ਨੂੰ ਤੁਹਾਡੇ ਕੋਲ ਲੈ ਕੇ ਆਉਣਾ ਮੈਂ ਕਿਹਾ ਚਲੋ ਆ ਜਿਓ ਕਿਸੇ ਦਿਨ ਜਦੋਂ ਮਿਲੇ ਤਾਂ 9 ਸਾਲ ਦਾ ਲੜਕਾ ਕਹਿੰਦੀ ਬਾਬਾ ਜੀ ਇਹਨੂੰ ਖਰਿਆ ਕਿਸੇ ਨੇ ਕੁਝ ਕੀਤਾ ਹੋਇਆ ਸਿਰ ਤੇ ਹੱਥ ਰੱਖੋ ਮੈਂ ਕਿਹਾ ਮੇਰੇ ਹੱਥ ਰੱਖਣ ਨਾਲ ਹੀ ਠੀਕ ਹੋ ਜਾਏਗਾ ਕੀ ਕੀਤਾ ਹੋਇਆ ਕਹਿੰਦੀ ਇਹਨੂੰ ਕ੍ਰੋਧ ਬਹੁਤ ਆਉਂਦਾ ਜਿਦੀ ਬਹੁਤ ਹੈ ਕਹਿੰਦੀ ਗਮਲਾ ਚੱਕ ਕੇ ਮਾਰਿਆ 60000 ਦੀ ਐਲਸੀਡੀ ਪੰਨ ਦਿੱਤੀ ਕੱਲਾ ਕੱਲਾ ਬੱਚਾ ਕਹਿੰਦੀ ਹੁਣ ਦੱਸੋ ਇਹਨੂੰ ਮਾਰੀਏ ਕੁੱਟੀਏ ਕਹਿਣਾ ਨਹੀਂ ਮੰਨਦਾ ਕਿਸੇ ਦਾ ਇੰਨਾ ਜਿਦੀ ਕਰੋਧੀ ਕਹਿੰਦੀ ਕਈ ਕਈ ਦਿਨ ਨਾ ਫਿਰ ਬੁਲਾਉਂਦਾ ਨਹੀਂ ਸਾਨੂੰ ਹੁਣ ਇੰਨੀ ਛੋਟੀ ਉਮਰ ਦੇ ਬੱਚੇ ਦੀਆਂ ਇਹ ਹੱਤਾਂ ਹੋਣ ਤਾਂ ਘਰ ਦਾ ਆਪੇ ਹੀ ਕਲੇਸ਼ ਤਾਂ ਘਰ ਬਣ ਗਿਆ ਉਹ ਕਿਸੇ ਭਾਈ ਸਾਹਿਬ ਜੀ ਪਤਾ ਨਹੀਂ ਕਿਸੇ ਨੇ ਕੁਛ ਕੀਤਾ ਹੋਇਆ ਲੋਕ ਜਰਦੇ ਨਹੀਂ ਹੈ ਮੈਂ ਉਹਨੂੰ ਕਹੇ ਦੋਸ਼ ਲੋਕਾਂ ਦਾ ਨਹੀਂ ਹੈ ਇਹ ਕਿਸੇ ਨੇ ਨਹੀਂ ਕੁਛ ਕੀਤਾ ਹੋਇਆ ਇਹ ਤੁਹਾਡਾ ਹੀ ਕੀਤਾ ਹੋਇਆ ਇਹਨੂੰ ਕਹਿੰਦੇ ਭਾਈ ਸਾਹਿਬ ਜੀ ਸਾਡਾ ਕਿਵੇਂ ਕੀਤਾ ਮੈਂ ਕਿਹਾ ਆ ਜਦੋਂ ਤੁਸੀਂ ਬੱਚੇ ਨੂੰ ਕੋਈ ਖਾਣਾ ਖੁਲਾਉਂਦੇ ਹੋ ਇਹਦੀ ਜਦੋਂ ਪਰਵਿਸ਼ ਹੋਈ ਹੈ ਦੁੱਧ ਪਲਾਉਣ ਲੱਗਿਆਂ ਜਲ ਭੁੱਜ ਕੇ ਕਲੇਸ਼ ਕਰਕੇ ਦੁੱਧ ਪਲਾਇਆ ਤਾਂ ਇਹ ਬੱਚੇ ਦੇ ਅੰਦਰ ਕੀ ਜਾਏਗਾ ਦੱਸ ਤੁਸੀਂ ਪਰਿਵਾਰ ਵਾਲੇ ਬੈਠਿਓ ਸਾਰੇ ਘਰਾਂ ਵਾਲੇ ਆਪਾਂ ਭਾਈ ਮਾਂ ਦਾ ਖਾਧਾ ਹੋਇਆ ਬੱਚੇ ਨੂੰ ਲੱਗਦਾ ਜੇ ਛੋਟੀ ਉਮਰ ਵਿੱਚ ਨਿਕਾ ਜਿਆ ਬੱਚਾ ਜਿਹੜੇ ਸਾਧ ਸੰਗਤ ਮਾਂ ਰੇਸ਼ਾ ਵਾਲੀਆਂ ਚੀਜ਼ਾਂ ਨਹੀਂ ਖਾਂਦੀਆਂ ਖੰਗਰੇਸ਼ ਕਿਉਂ ਉਹ ਬੱਚੇ ਦੀ ਨਾ ਛਾਤੀ ਜੁੜ ਜਾ ਕਿਤੇ ਜੇ ਮਾਂ ਦੇ ਖਾਧੇ ਹੋਏ ਦਾ ਸਰ ਹੈ ਚਿੱਤੇ ਰੱਖਿਓ ਉਹਦੇ ਨਾਲੋਂ ਕਈ ਗੁਣਾ ਵੱਧ ਮਾਂ ਦੇ ਸੋਚੇ ਹੋਏ ਦਾ ਸਰ ਬੱਚੇ ਤੇ ਆ ਜੇ ਘਰ ਵਿੱਚ ਕੱਲ ਕਲੇਸ਼ ਕਰਕੇ ਬੱਚੇ ਨੂੰ ਦੁੱਧ ਪਿਲਾਉਣੇ ਉਹ ਬੱਚੇ ਉੱਤੇ ਤਰਸ ਕਰੋ ਜਿੰਨਾ ਕਲੇਸ਼ ਕਰਕੇ ਦੁੱਧ ਬੱਚੇ ਨੂੰ ਪਿਲਾਉਂਗੇ ਉਨਾ ਹੀ ਬੱਚਾ ਕ੍ਰੋਧੀ ਹੋਏਗਾ ਨਾਲੇ ਮਾਮਾਂ ਲੜ ਪੈਂਦੀਆਂ ਨੇ ਨਾਲੇ ਬੱਚੇ ਦੇ ਥੱਪੜ ਮਾਰ ਕੇ ਗੱਲ ਨਾਲ ਲਾ ਕੇ ਉਹਨੂੰ ਦੁੱਧ ਪਿਲਾਉਣ ਲੱਗ ਪੈਂਦੀ ਐ ਸੜ ਪੁੱਜ ਕੇ ਜਦੋਂ ਕਲੇਸ਼ ਕਰਕੇ ਬੱਚੇ ਨੂੰ ਦੁੱਧ ਦੇਓਗੇ ਉਦੋਂ ਉਹ ਕ੍ਰੋਧੀ ਹੋਏਗਾ ਮੈਂ ਆਪਣੀਆਂ ਭੈਣਾਂ ਬੱਚੀਆਂ ਨੂੰ ਬੇਨਤੀ ਕਰਾਂਗਾ ਜਿਨ੍ਹਾਂ ਕੋਲ ਛੋਟੇ ਬੱਚੇ ਨੇ ਜਦੋਂ ਬੱਚੇ ਨੂੰ ਦੁੱਧ ਪਿਲਾਉਣਾ ਹੈ ਪਹਿਲਾਂ 5 10 20 ਵਾਰ ਕਹਿ ਲਿਆ ਕਰੋ ਵਾਹਿਗੁਰੂ 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 ਫਿਰ ਬੱਚੇ ਨੂੰ ਮੂਲ ਮੰਤਰ ਪੜ੍ਹਦੇ ਹਾਂ ਪਹਿਲੀ ਪੌੜੀ ਦਾ ਪਾਠ ਕਰਦੇ ਹਾਂ ਦੁੱਧ ਪਿਲਾਓ ਜੇ ਉਹਦੇ ਲਈ ਦੁੱਧ ਦੀ ਬੋਤਲ ਬਣਾਉਣੀ ਹੈ ਪਹਿਲਾਂ ਜਪੋ ਵਾਹਿਗੁਰੂ 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 ਫਿਰ ਵਖਿਓ ਤੁਹਾਡੇ ਬੱਚੇ ਕਿਹੋ ਜਿਹਾ ਬਣਨਾ ਹੈ ਕਿਉਂਕਿ ਜਿਹੋ ਜਿਹਾ ਅਨ ਅਪਨ ਜਿਹੋ ਜੀ ਨੀਤ ਨਾਲ ਬਣਾਦਾ ਉਹੋ ਜਿਹਾ ਅਸਰ ਉਹਦੇ ਉੱਤੇ ਹੋਣ ਲੱਗਦਾ। ਨਨ ਕਾ ਕ੍ਰੋਧ ਇਹ ਬੱਚੇ ਦਾ ਨਹੀਂ ਹੈ। ਇਹ ਤੁਹਾਡਾ ਹੀ ਕ੍ਰੋਧ ਇਹਦੇ ਵਿੱਚ ਆਇਆ ਹੋਇਆ ਹੈ ਜਿਹੜਾ ਘਰ ਵਿੱਚ ਕੱਲ ਕਲੇਸ਼ ਕਰਕੇ ਬੱਚੇ ਤੇ ਪਾਇਆ। ਇਸ ਲਈ ਸਾਧ ਸੰਗਤ ਮਤ ਉੱਤੇ ਬੁੱਧ ਉੱਤੇ ਗੁਰੂ ਦੇ ਸ਼ਬਦ ਦਾ ਅਸਰ ਹੁੰਦਾ ਹੈ। ਜੇ ਬੁੱਧ ਉੱਤੇ ਸੰਸਾਰ ਦਾ ਅਸਰ ਹੈ, ਵਿਕਾਰਾਂ ਦਾ ਅਸਰ ਹੈ, ਹੰਕਾਰ ਦਾ ਅਸਰ ਹੈ। ਉਹਦੇ ਹਟਾਉਣ ਲਈ ਗੁਰੂ ਕੋਲੋਂ ਮੰਗਣਾ ਪੈਣਾ ਹੈ ਮਹਾਰਾਜ ਸਾਨੂੰ ਬਿਵੇਕ ਬੁੱਧ ਦਿਓ ਸਾਨੂੰ ਅਕਲ ਦਿਓ ਅਸੀਂ ਹੰਕਾਰ ਵਿੱਚ ਕਲ ਕਲੇਸ਼ ਵਿੱਚ ਰਹਿੰਦੇ ਹਾਂ ਤੋਡਾ ਨਾਮ ਜਪੀਏ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਨਾਮ ਜਪ ਸਕੀਏ ਇੱਕ ਵਾਰ ਸਾਰੀ ਸੰਗਤ ਪਿਆਰ ਨਾਲ ਜਪੋ ਔਰ ਸਤਿ ਕਾਕੇ ਪਿਆਰ ਨਾਲ ਕਹੋ ਵਾਹਿਗੁਰੂ ਵਾਹ ਗੁਰੂ ਵਾਹਿਗੁਰੂ ਆਹ ਗੁਰੂ ਆਹ ਗੁਰੂ ਵਾਹਿਗੁਰੂ 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 ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਅੱਜ ਕੇ ਜੋ ਵਾਹਿਗੁਰੂ 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 ਆਏ ਸਤ ਨਾਮ ਸ੍ਰੀ ਸਾ ਸੰਗਤ ਜੇ ਵਿਵੇਕ ਬੁੱਧ ਨਾ ਨਾ ਆਵੇ ਫਿਰ ਜਿਹੜੀ ਆ ਬੁੱਧੀ ਆਪਾਂ ਵਰਤ ਰਹੇ ਹਾਂ ਹਉਮੈ ਵਾਲੀ ਹੰਕਾਰ ਵਾਲੀ ਵਿਕਾਰਾਂ ਵਾਲੀ ਮਾਰੀਆਂ ਆਤਾਂ ਵਾਲੀ ਇਹ ਸਾਨੂੰ ਨਰਕ ਚ ਲੈ ਜਾਂਦੀ ਇਸ ਬੁੱਧ ਨੇ ਆਪਾਂ ਨੂੰ ਨਰਕ ਵਿੱਚ ਪਾਉਣਾ